ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਸਿੱਧੂ ਦੀ ਰਿਹਾਈ ਤੇ ਮੰਗਲਵਾਰ ਨੂੰ ਮੋਹਲ ਲੱਗਣ ਦੇ ਆਸਾਰ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਟਿਆਲਾ ਦੇ ਕੇਂਦਰੀ ਜੇਲ੍ਹ ਚ ਪਿਛਲੇ 9 ਮਹੀਨਾ ਤੋਂ ਸਜ਼ਾ ਕੱਟ ਰਹੀ ਤੇਜ਼ ਤਰਾਰ ਨੇਤਾ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜੋ 26 ਜਨਵਰੀ ਨੂੰ 51 ਹੋਰ ਕੈਦੀਆਂ ਦੇ ਨਾਲ ਹੋਣੀ ਸੀ ਪਰ ਵਾਦ-ਵਿਵਾਦ ਤੇ ਕਾਨੂੰਨੀ ਅੜਚਨਾ ਕਾਰਨ ਅੱਗੇ ਪੈ ਗਈ ਭਾਵੇਂ ਪਿਛਲੀ ਕੈਬਨਿਟ ਮੀਟਿੰਗ 'ਚ ਵੀ ਸਿੱਧੂ ਦੀ ਰਿਹਾਈ ਬਾਰੇ ਗੱਲ ਚੱਲੀ ਸੀ ਪਰ ਹੁਣ 21 ਫਰਵਰੀ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਮੀਟਿੰਗ ਸੱਦੀ ਹੈ ਜਿਸ ਦੇ ਵਿੱਚ ਨਵਜੋਜ ਸਿੱਧੂ ਦੀ ਰਿਹਾਈ ਤੇ ਮੋਹਰ ਲੱਗਣ ਦੀ ਸੰਭਾਵਨਾ ਹੈ ਅੱਜ ਕਾਂਗਰਸ ਤੋਂ ਗੌਰਵ ਸੰਧੂ ਦੇ ਜੱਗ ਬਾਣੀ ਨਾਲ ਗੱਲਬਾਤ ਕਰਦਿਆ ਗਿਆ ਕਿ ਨਵਜੋਸ਼ ਸਿੱਧੂ ਦੀ ਰਿਹਾਈ ਇੱਕ ਮਹੀਨਾ ਪਹਿਲਾਂ ਹੋ ਜਾਣੀ ਸੀ ਪਰ ਮਾਨ ਸਰਕਾਰ ਸਿੱਧੂ ਦੀ ਰਿਹਾਈ ਤੋਂ ਡਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਿੱਧੂ ਸਮਰਥਕਾਂ ਦੇ ਹੌਸਲੇ ਬੁਲੰਦ ਨੇ ਕਿ ਜਲਦੀ ਹੀ ਉਹਨਾਂ ਦਾ ਸਿਆਸੀ ਸ਼ੇਰ ਬਾਹਰ ਆਏਗਾ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਕਾਨੂੰਨ 'ਚ ਪੂਰਾ ਪ੍ਰੋਸੈਸ ਹੈ ਪਰ ਸਰਕਾਰ ਜ਼ਿਆਦਾ ਚਿੜ ਅੜਿੱਕੇ ਨਹੀਂ ਟਾ ਸਕਦੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ